ਅਸੀਂ ਵਿਆਹ ਕਰਿਆ, ਜਿਸ ਹਿਸਾਬ ਨਾਲ ਅਸੀਂ ਕਰਜ਼ਾ ਚੱਕ ਕੇ ਵਿਆਹ ਕਰਿਆ, ਕੁਛ ਵੀ ਕਰਿਆ, ਅਸੀਂ ਵਿਆਹ ਕਰਿਆ, ਸੁੱਖੀ ਸ਼ਾਂਤੀ ਵਿਆਹ ਕਰਿਆ, ਘਰੇ ਆਏ ਕਹਿੰਦੇ ਸ਼ਗਨ ਦੇ ਵੀ ਜਿੰਨਾ ਸਾਨੂੰ ਪੁੱਗਦਾ ਅਸੀਂ ਉਨਾ ਦੇ ਸਕਦੇ ਹਾਂ। ਪਹਿਲਾਂ ਲੱਖ ਤੇ ਅੜ ਗਏ, 51,000 ਦੇ ਦਿਓ। ਜੇ ਨਹੀਂ ਦੇ ਸਕਦੇ, ਅਸੀਂ ਜਿੰਨੇ ਦੇਣ ਜੋਗੇ ਸੀ ਮੈਂ ਕੱਢ ਕੇ ਰੱਖੇ ਵੀ ਅਸੀਂ ਇੰਨੇ ਦੇ ਸਕਦੇ ਹਾਂ, ਵੀ ਮੇਰੇ ਕੋਲ ਆਹ ਸ਼ਗਨ ਇਕੱਠਾ ਵੀ ਮੈਂ ਆਹ ਦੇ ਦੂੰਗਾ, 11,000 ਦੇ ਦਿੰਦਾ। ਪਹਿਲਾਂ ਭਰਾ ਦਾ ਵਿਆਹ ਕਰਿਆ ਜੀ, ਉਦੋਂ ਇਹਨਾਂ ਨੂੰ ਪੈਸੇ ਦੇ, ਉਦੋਂ ਇਹਨਾਂ ਨੂੰ 21,000 ਸ਼ਗਨ ਦੇ ਆ। ਜਦੋਂ ਮੁੰਡਾ ਹੋਇਆ ਭਰਾ ਦਾ, ਉਦੋਂ ਅੜ ਕੇ 51,000 ਲੈ ਗਏ। ਇਸ ਵਾਰ ਸਾਡੇ ਕੋਲ ਨਹੀਂ ਪੈਸੇ ਸੀਗੇ, ਅਸੀਂ ਨਹੀਂ ਦੇ ਸਕੇ ਪੈਸੇ। ਉੱਥੇ ਨੰਗੇ ਆਉਣ ਲੱਗ ਗਏ ਘਰ ਦੇ ਅੰਦਰ, ਆ ਘਰ ਦੇ ਅੰਦਰ ਆ ਕੇ ਨੰਗੇ ਆਉਣ ਲੱਗ ਗਏ ਵੀ ਹਾਂ ਸਾਡੀ ਬਦੂਆ ਇਹ ਹੈ ਵੋ ਹੈ, ਜੇ ਹੁਣ ਅਸੀਂ ਕਿੱਥੇ ਜਾਈਏ। ਹਾਰ ਕੇ ਮੈਂ ਕਿਹਾ ਮੈਂ ਮਰ ਜਾਂਦਾ, ਹੋਰ ਕਿਆ ਕਰਾਂ ਜੀ। ਫਿਰ ਕਿਤੇ ਜਾ ਕੇ ਦੋ ਜਣਿਆਂ ਨੇ ਉਹਨੂੰ ਬਾਹਰ ਕੱਢਿਆ, ਉਹਨਾਂ ਦੇ ਨਾਲ ਦਿਆਂ ਨੇ। ਫਿਰ ਆ ਕੇ ਮੈਨੂੰ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੁਸੀਂ ਚੁੱਪ ਰਹੋ, ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਵੀ ਅਸੀਂ ਚਲੇ ਜਾਈਏ, ਵੀ ਹਾਂ ਸਾਨੂੰ 100 ਰੁਪਏ ਲੈ ਕੇ ਚਲੇ ਜਾਈਏ। ਵੀ ਇੰਨੇ ਜ਼ਿਆਦਾ ਮੇਰੀ ਮਾਂ ਰੋਵੇ, ਸਾਰੇ ਰੋਵੇ, ਘਰ ਦੇ ਅੰਦਰ ਆ ਕੇ ਨੰਗੇ ਹੋ ਗਏ, ਮੇਰੀ ਭਰਜਾਈ ਮੂਹਰੇ, ਮੰਮੀ ਮੂਹਰੇ, ਭੈਣ ਮੂਹਰੇ, ਪਰ ਜਿਹੜੀ ਵਿਆਹ ਕੇ ਲਿਆਏ ਉਹਦੇ ਮੂਹਰੇ। ਭਾਜੀ ਵੀਡੀਓ ਹੈ ਕੋਈ ਜਿਹੜੀ ਬਣਾਈ ਹੋਈ? ਹਾਂਜੀ ਹੈਗੀ ਅੱਜ ਜਿਹੜਾ ਮਹੰਤਾਂ ਦੇ ਘਰ ਦੇ ਮੂਹਰੇ ਤੁਸੀਂ ਧਰਨਾ ਲਗਾਇਆ ਹੈ, ਕੀ ਕਹਿਣਾ ਚਾਹੁੰਦੇ ਹੋ? ਕੁਛ ਨਹੀਂ ਜੀ, ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ, ਇਹ ਆਏ, ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ, ਸ਼ਗਨ ਮੰਗਿਆ ਜੀ 1,00,000 ਰੁਪਏ ਦੀ ਮੰਗ ਕਰੀ। ਠੀਕ ਹੈ, 1,00,000 ਤੋਂ ਬਾਅਦ ਕਰਦੇ ਕਰਾਉਂਦੇ 51 ਤੇ ਆਏ। ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ। ਮੈਂ ਕਿਹਾ ਜੀ ਆਹ ਇਕੱਠੇ ਹੋਏ ਵੇ ਆਲੂ, ਆ ਤੁਹਾਡੀ ਝੋਲੀ ਪਾ। ਠੀਕ ਹੈ, ਨਹੀਂ ਜੀ ਸਾਨੂੰ ਦੇਖ ਕੇ ਜੀ ਸਾਹਮਣੇ ਦੇਖੋ। ਹਾਂ ਜੀ, ਇਹ ਕਹਿੰਦੇ ਜੀ ਨਹੀਂ ਸਾਨੂੰ ਆਹ ਨਹੀਂ ਚਾਹੀਦੇ। ਠੀਕ ਹੈ, ਵੀ ਸਾਨੂੰ ਇੰਨੇ ਪੈਸੇ ਚਾਹੀਦੇ। ਅਸੀਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ। ਉਸ ਤੋਂ ਬਾਅਦ ਮੇਰੇ ਕੋਲ ਵੀਡੀਓ ਪਈ ਜੀ, ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ, ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ, ਤੈਨੂੰ ਆਹ ਕਰੂੰਗੀ, ਉਹ ਕਰੂੰਗੀ, ਆ ਸਾਰੀ ਵੀਡੀਓ ਪਈ ਆ ਵੀ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ਵੀ ਹੈ ਜੀ। ਅੱਛਾ, ਕੀ ਮੰਗ ਕਰਦੇ ਹੋ ਜੀ? ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ, ਅੜ ਕੇ ਉਸ ਟਾਈਮ ਇਹ ਪੈਸੇ ਲੈ ਗਏ, ਉਸ ਟਾਈਮ ਲੈ ਗਏ 31,000 ਅੜ ਕੇ, ਇੱਕ ਵਾਰੀ 21,000, ਅਤੇ ਭਰਾ ਦਾ ਮੁੰਡਾ ਹੋਇਆ ਅੜ ਕੇ ਉਸ ਟਾਈਮ ਲੈ ਗਏ 51,000। ਠੀਕ ਹੈ, ਉਸ ਟਾਈਮ ਚਲੋ ਸੀ, ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ। ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ, ਇਸ ਤਰੀਕੇ ਨਾਲ ਕੱਪੜੇ ਤਾਰੇ, ਸਾਰੀ ਚੀਜ਼ਾਂ ਕਰੀ, ਉਹ ਵੀਡੀਓ ਪਈ ਹੈ ਜੀ। ਮੈਂ ਤਾਂ ਮੰਗ ਇਹੀ ਕਰਦਾ, ਕੋਈ ਗੱਲ ਨਹੀਂ, ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ, ਜੋ ਧਮਕੀਆਂ ਦਿੱਤੀਆਂ, ਸ਼ਰਿਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ। ਠੀਕ ਹੈ ਜੀ, ਮੈਂ ਤੈਨੂੰ ਦੱਸੂੰਗੀ, ਮੈਂ ਕਿਹਾ ਜੀ ਕੋਰਟ ਰਾਹੀਂ ਪੈਸੇ ਲਊਂਗੀ, ਕਹਿੰਦੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਕਿਹਾ ਜੀ ਅਸੀਂ ਦੇ ਹੀ ਨਹੀਂ ਸਕਦੇ। ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ, ਫਿਰ ਕਿਤੇ ਫਿਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਨੰਗੇ ਹੋ ਰਹੇ ਸੀ, ਇਹਨਾਂ ਦੇ ਨਾਲ ਦੋ ਜਣੇ ਸੀ, ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ, ਕਿਸੇ ਨਾਲ ਛੱਡੋ ਵੀ ਸਾਨੂੰ ਇੰਨੇ ਪੈਸੇ ਦੇ ਦਿਓ, ਅਸੀਂ ਚੱਲੇ।
ਕਿੰਨੇ ਮੰਗੇ ਫਿਰ? ਉਸ ਤੋਂ ਬਾਅਦ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ, 100 ਰੁਪਏ ਲੈ ਕਹਿੰਦੇ ਅਸੀਂ ਚਲੇ ਜਾਂਦੇ ਹਾਂ। ਪਰ ਪਹਿਲਾਂ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ, ਉਹਦੇ ਝੋਲੀ 'ਚ ਐ ਮਾਰਿਆ ਸਾਰਾ ਕੁਝ ਚੱਕ ਕੇ, ਕਹਿੰਦੇ ਆਪਣੇ ਪੇਕਿਆਂ ਤੋਂ ਲੈ ਕੇ ਵੀ ਲਾ ਉਹਨਾਂ ਨੂੰ। ਮੰਗ ਤਾਂ ਕੋਈ ਵੀ ਨਹੀਂ, ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ਼, ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਊਂਗਾ। ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ, ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆ ਇਹ ਸਾਡੀ, ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾਂ ਅਤੇ ਬੱਦੂ ਆਵਾਂ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਆ ਜਿਹੜੇ ਆਮ ਲੋਕ ਕਿੱਥੇ ਜਾਊਂਗੇ, ਉਹ ਕਿੱਥੇ ਜਾਣਗੇ ਸਾਰੇ ਜਣੇ ਜੀ। ਮੰਗ ਤਾਂ ਮੇਰੀ ਇਹੀ ਹੈ ਜੀ, ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਹੈ। ਇੱਕ ਇੱਕ ਆਲ ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ, ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮਹੱਲੇ ਤੋਂ ਸਿਰਫ ਇੰਨੀ ਲੈ ਸਕਦੇ ਹਾਂ ਬਸ, ਵੀ ਉਹ ਚੀਜ਼ ਹੋਣੀ ਚਾਹੀਦੀ ਹੈ, ਜ਼ਰੂਰੀ ਲਾਜ਼ਮੀ ਹੈ ਜੀ। ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ? ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ, ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਛ ਨਹੀਂ ਜਾਣਾ। ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰਦਿਆਂ ਨੂੰ ਪਾਲ ਲੈ। ਮੈਨੂੰ ਤਾਂ ਜੀ ਉਹੀ ਗੱਲ, ਮੈਨੂੰ ਤਾਂ ਇਨਸਾਫ ਚਾਹੀਦਾ ਜਿਹੜੇ ਤੁਹਾਡੇ ਮੂਹਰੇ ਸੀਗੇ, ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫ਼ੀ ਮੰਗੇ, ਸਾਰੀ ਜਨਤਕ ਤੌਰ 'ਤੇ ਸਾਰਿਆਂ ਦੇ ਮੀਡੀਆ ਮੂਹਰੇ ਮਾਫ਼ੀ ਮੰਗੇ। ਇਹਦਾ ਇੱਕ ਕਿਸੇ ਦਾ ਟੈਕਸ ਹੋ ਗਿਆ, ਖੁਦ ਦਾ ਟੈਕਸ ਹੋ ਗਿਆ। ਜਿੱਦਾਂ ਆਉਂਦੇ ਸਾਰ ਮੈਨੂੰ ਉਹਦੇ 'ਤੇ ਸੂਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਰੇ ਖੁਸਰਾ ਪਰਿਵਾਰ ਹੈ ਖਰੜ ਦਾ, ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ 'ਤੇ ਮੰਗੀ ਜਾਂਦੀ ਹੈ। ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗਰਾਊਂਡ ਨਹੀਂ ਦੇਖੀ ਜਾਂਦੀ ਵੀ ਉਹਦੀ ਕਿੰਨੀ ਕੁ ਪੁਜੀਸ਼ਨ ਹੈ ਕਿੰਨੀ ਕੁ ਨਹੀਂ, ਤਾਂ ਉਸ ਹਿਸਾਬ ਨਾਲ ਪਹਿਲਾਂ ਜਿਹਨਾਂ ਦੇ ਦੱਸਣ ਅਨੁਸਾਰ ਵੀ 21,000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ 'ਤੇ, 51,000 ਰੁਪਏ ਦਾ ਸ਼ਗਨ ਇਹਨਾਂ ਨੂੰ ਦਿਆ ਜਿਹੜਾ ਹੈ ਇਹਦੇ ਭਤੀਜਾ ਹੋਣ 'ਤੇ। ਅੱਜ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ, ਇਹਨਾਂ ਦੀ ਸ਼ਾਦੀ ਹੋਈ ਹੈ ਅਤੇ ਕੱਪੜੇ ਕੁੱਪੜੇ ਖੋਲ੍ਹ ਕੇ ਖੜ੍ਹ ਗਏ। ਮੇਰਾ ਖਿਆਲ ਤਾਂ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਘਿਨੌਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀਜਲੇ ਪਰਿਵਾਰ ਵੱਲੋਂ ਕੀਤੀ ਗਈ ਹੈ। ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ ਆਸ਼ਵਾਸਨ ਦਿੰਦਾ ਵੀ ਮੈਂ ਤੁਹਾਡੇ ਨਾਲ ਖੜ੍ਹਾਂ, ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਘਿਨੌਨੇ ਕੰਮ ਹੁੰਦੇ ਆ ਉਹ ਜਲਦੀ ਕੀਤਿਆਂ ਨਹੀਂ ਹੋਣ ਦੇਵਾਂਗੇ। ਅਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਤੋਂ ਇੱਕ ਮਤਾ ਪਵਾਇਆ ਜਾਊਗਾ ਇਹਦਾ ਵੀ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊ। ਅਤੇ ਮੈਂ ਇਸ ਘਿਨੌਨੀ ਹਰਕਤ ਤੋਂ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ।